ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਗੁਜਰਾਤ ਵਿੱਚ ਭਲਕੇ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਪੋਲਿੰਗ ਲਈ ਸਭ ਤਿਆਰੀਆਂ ਮੁਕੰਮਲ ਹੋ ਗਈਆਂ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ 'ਚ ਹੋਏ ਇੱਕ ਸਮਾਰੋਹ ਵਿੱਚ ਰਾਸ਼ਟਰੀ ਖੇਡ ਇਨਾਮ 2022 ਅਤੇ ਰਾਸ਼ਟਰੀ ਸਾਹਸੀ ਇਨਾਮ 2021 ਪ੍ਰਦਾਨ ਕੀਤੇ ਨੇ। ਭਾਰਤ ਦਾ ਦੇਸ਼ ਅੰਦਰ ਹੀ ਤਿਆਰ ਪਹਿਲਾ ਹਵਾਈ ਜਹਾਜ਼ ਵਾਹਕ ਜੰਗੀ ਜਹਾਜ਼ INS ਵਿਕਰਾਂਤ ਅਗਲੇ ਸਾਲ ਜੂਨ ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਹਾਕੀ 'ਚ ਅੱਜ ਐਡਲੇਡ ਵਿਖੇ ਭਾਰਤ ਨੇ ਆਸਟ੍ਰੇਲੀਆ ਨੂੰ 4-3 ਨਾਲ ਹਰਾ ਦਿੱਤਾ ਹੈ ਅਤੇ ਫੀਫਾ ਵਿਸ਼ਵ ਕੱਪ 2022 'ਚ ਅੱਜ ਟਿਊਨੀਸ਼ੀਆ ਦਾ ਫਰਾਂਸ ਨਾਲ ਅਤੇ ਆਸਟ੍ਰੇਲੀਆ ਦਾ ਡੈਨਮਾਰਕ ਨਾਲ ਮੁਕਾਬਲਾ ਹੋਵੇਗਾ। ਗੁਜਰਾਤ ਵਿਚ ਭਲਕੇ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਹੋਣ ਵਾਲੀ ਪੋਲਿੰਗ ਲਈ ਸਭ ਤਿਆਰੀਆਂ ਹੋ ਗਈਆਂ ਨੇ। ਪਹਿਲੇ ਗੇੜ 'ਚ 99 ਸੀਟਾਂ ਲਈ 788 ਉਮੀਦਵਾਰ ਮੈਦਾਨ 'ਚ ਨੇ। ਭਲਕੇ ਦੱਖਣੀ ਗੁਜਰਾਤ, ਸੌਰਾਸ਼ਟਰ ਅਤੇ ਕੱਛ ਖੇਤਰ 'ਚ ਵੋਟਾਂ ਪੈਣਗੀਆਂ। ਪੋਲਿੰਗ ਸਵੇਰੇ 8 ਵਜੇ ਤੋਂ ਸ਼ਾਮੀ 5 ਵਜੇ ਤੱਕ ਚੱਲੇਗੀ। ਪਹਿਲੇ ਗੇੜ ਲਈ 2,40,00,000 ਦੇ ਕਰੀਬ ਵੋਟਰ ਵੋਟ ਪਾਉਣ ਦੇ ਹੱਕਦਾਰ ਨੇ। ਪੋਲਿੰਗ ਅਮਲਾ ਚੋਣ ਸਮੱਗਰੀ ਨਾਲ ਵੋਟਿੰਗ ਸਟੇਸ਼ਨਾਂ ਤੇ ਪਹੁੰਚ ਗਿਐ। ਰਾਜ ਵਿਚ ਪੁਰਅਮਨ ਪੋਲਿੰਗ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਸੁਰੱਖਿਆ ਪ੍ਰਬੰਧ ਕਰ ਲਏ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਕਿਹਾ ਕਿ ਕੁੜੀਆਂ ਮੁੰਡਿਆਂ ਨਾਲੋਂ ਕਮਜ਼ੋਰ ਨਹੀਂ ਅਤੇ ਜੇਕਰ ਦੋਵੇਂ ਇਕੱਠੇ ਅੱਗੇ ਵਧਣ ਤਾਂ ਸਮਾਜ, ਪਰਿਵਾਰ ਅਤੇ ਦੇਸ਼ ਤਰੱਕੀ ਕਰੇਗਾ। ਉਨਾਂ ਕਿਹਾ ਕਿ ਦੁਨੀਆਂ ਊਰਜਾ ਨਾਲ ਭਰੀਆਂ ਹਰਿਆਣਾ ਦੀਆਂ ਕੁੜੀਆਂ ਵੱਲ ਵੇਖ ਰਹੀ ਹੈ ਅਤੇ ਉਨਾਂ ਨੇ ਸਾਰੀਆਂ ਕੁੜੀਆਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਅੱਗੇ ਵਧਣ ਲਈ ਕਿਹਾ। ਰਾਸ਼ਟਰਪਤੀ ਚੰਡੀਗੜ੍ਹ ਵਿਚ ਹਰਿਆਣਾ ਰਾਜ ਭਵਨ ਵਿਖੇ ਸੰਵਾਦ ਪ੍ਰੋਗਰਾਮ ਵਿਚ ਬੱਚਿਆਂ, ਔਰਤਾਂ, ਡਾਕਟਰੀ ਭਾਈਚਾਰੇ ਦੇ ਮੈਂਬਰਾਂ, ਆਸ਼ਾ ਵਰਕਰਾਂ, ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਨਾਲ ਸਬੰਧਤ ਅਮਲੇ, ਖਿਡਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰ ਰਹੇ ਸਨ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤਰੇ ਅਤੇ ਮੁੱਖ ਮੰਤਰੀ ਮਨੋਹਰ ਲਾਲ ਵੀ ਇਸ ਮੌਕੇ ਹਾਜ਼ਰ ਸਨ। ਰਾਸ਼ਟਰਪਤੀ ਨੇ ਕਿਹਾ ਕਿ ਕੁੜੀਆਂ ਸ਼ਕਤੀ ਦਾ ਪ੍ਰਤੀਕ ਨੇ ਅਤੇ ਜੇਕਰ ਉਹ ਮਜ਼ਬੂਤ ਹੋਣਗੀਆਂ ਤਾਂ ਦੇਸ਼ ਮਜ਼ਬੂਤ ਬਣੇਗਾ। ਉਨਾਂ ਨੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਕੀਤੇ ਕੰਮ ਲਈ ਹਰਿਆਣਾ ਸਰਕਾਰ ਦੀ ਸ਼ਲਾਘਾ ਵੀ ਕੀਤੀ। ਸ੍ਰੀਮਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਣਾ ਚਾਹੀਦੈ ਕਿ ਧੀਆਂ ਨੂੰ ਪਰਿਵਾਰ ਵਿਚ ਪੂਰਾ ਪਿਆਰ ਤੇ ਸਨਮਾਨ ਮਿਲੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਇਕ ਸਮਾਰੋਹ ਵਿਚ ਰਾਸ਼ਟਰੀ ਖੇਡ ਅਵਾਰਡ 2022 ਅਤੇ ਰਾਸ਼ਟਰੀ ਐਡਵੈਂਚਰ ਅਵਾਰਡ 2021 ਪ੍ਰਦਾਨ ਕੀਤੇ। ਇਸ ਸਾਲ ਖੇਡਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਲਈ 25 ਖਿਡਾਰੀਆਂ ਨੂੰ ਅਰਜੁਨ ਅਵਾਰਡ ਪ੍ਰਦਾਨ ਕੀਤੇ ਗਏ ਨੇ। ਅਰਜੁਨ ਅਵਾਰਡ ਹਾਸਲ ਕਰਨ ਵਾਲਿਆਂ ਵਿਚ ਅਥਲੀਟ ਸੀਮਾ ਪੂਨੀਆ ਤੇ ਐਲਡਹਾਊਸ ਪੋਲ, ਬੈਡਮਿੰਟਨ ਖਿਡਾਰੀ ਲਕਸ਼ੇ ਸੇਨ ਤੇ HS ਪਰਨੋਏ, ਔਰਤ ਮੁੱਕੇਬਾਜ਼ ਨਿਖਤ ਜ਼ਰੀਨ, ਹਾਕੀ ਖਿਡਾਰੀ ਦੀਪ ਗ੍ਰੇਸ ਏਕਾ, ਵੇਟ ਲਿਫਟਰ ਵਿਕਾਸ ਠਾਕੁਰ, ਪਹਿਲਵਾਨ ਅੰਸ਼ੂ ਤੇ ਸਰਿਤਾ ਅਤੇ ਪੈਰਾ ਬੈਡਮਿੰਟਨ ਖਿਡਾਰੀ ਤਰੁਣ ਢਿੱਲੋਂ ਸ਼ਾਮਲ ਨੇ। ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਅਚੰਤਾ ਨੂੰ 2022 ਲਈ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਸ਼ਵਨੀ ਅਕੁੰਜੀ ਤੇ ਧਰਮਵੀਰ ਸਿੰਘ ਉਨਾਂ 4 ਖਿਡਾਰੀਆਂ 'ਚ ਸ਼ਾਮਲ ਨੇ ਜਿਨ੍ਹਾਂ ਨੂੰ ਜੀਵਨ ਭਰ ਦੀ ਪ੍ਰਾਪਤੀ ਲਈ ਧਿਆਨ ਚੰਦ ਅਵਾਰਡ ਪ੍ਰਦਾਨ ਕੀਤਾ ਗਿਆ। 5 ਕੋਚਾਂ ਨੂੰ ਰੈਗੂਲਰ ਸ਼੍ਰੇਣੀ ਤੋਂ ਤੇ 3 ਹੋਰਨਾਂ ਨੂੰ ਜੀਵਨ ਭਰ ਦੇ ਯੋਗਦਾਨ ਦੀ ਸ਼੍ਰੇਣੀ 'ਚ ਦਰੋਣਾਚਾਰਿਆ ਅਵਾਰਡ ਦਿੱਤਾ ਗਿਆ। ਇਸ ਸਾਲ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਹਾਸਲ ਕੀਤੀ ਹੈ। ਰਾਸ਼ਟਰੀ ਖੇਡ ਅਵਾਰਡਸ ਹਰ ਸਾਲ ਖੇਡਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਲਈ ਦਿੱਤੇ ਜਾਂਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਪੁਰ ਦੇ ਲੋਕਾਂ ਨੂੰ ਸੰਗਾਈ ਸਮਾਰੋਹ ਦੇ ਮੌਕੇ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਸ੍ਰੀ ਮੋਦੀ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਮਨੀਪੁਰ ਆਪਣੇ ਸ਼ਾਨਦਾਰ ਸਭਿਆਚਾਰਕ ਲਈ ਜਾਣਿਆ ਜਾਂਦਾ ਹੈ। ਉਨਾਂ ਨੇ ਮਨੀਪੁਰ ਦੇ ਲੋਕਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਅਤੇ ਇੰਨੇ ਵੱਡੇ ਪੱਧਰ ਤੇ ਤਿਉਹਾਰ ਮਨਾਉਣ ਲਈ ਰਾਜ ਸਰਕਾਰ ਦੇ ਨਜ਼ਰੀਏ ਦੀ ਵੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨੀਪੁਰ ਵਨ ਸੁਵੰਨੀ ਖੂਬਸੂਰਤੀ ਵਾਲਾ ਰਾਜ ਹੈ। ਉਨਾਂ ਕਿਹਾ ਕਿ ਭਾਰਤ ਏਕ ਭਾਰਤ ਸ੍ਰੇਸ਼ਠ ਭਾਰਤ ਦੇ ਵਿਚਾਰ ਨਾਲ ਅੱਗੇ ਵਧ ਰਿਹਾ ਅਤੇ ਸੰਗਾਈ ਸਮਾਰੋਹ ਦੇਸ਼ ਦੀ ਵਨ ਸੁਵੰਨਤਾ ਦਾ ਜਸ਼ਨ ਮਨਾਉਣ ਦਾ ਮੌਕਾ ਹੈ। ਉਨਾਂ ਨੇ ਜਾਰੀ ਰਹਿਣ ਯੋਗ ਜੀਵਨ ਜਾਂਚ ਨੂੰ ਪ੍ਰੇਰਿਤ ਕਰਨ ਲਈ ਵੀ ਸੰਗਾਈ ਸਮਾਰੋਹ ਦੀ ਸ਼ਲਾਘਾ ਕੀਤੀ। ਭਾਰਤ ਦੇ ਦੇਸ਼ ਅੰਦਰ ਤਿਆਰ ਪਹਿਲੇ ਹਵਾਈ ਜਹਾਜ਼ ਵਾਹਕ ਜੰਗੀ ਜਹਾਜ਼ INS ਵਿਕਰਾਂਤ ਦੀ ਇਸ ਉਪਰ ਲੜਾਕਾ ਜਹਾਜ਼ਾਂ ਨੂੰ ਉਤਾਰਨ ਲਈ ਪਰਖ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਅਗਲੇ ਸਾਲ ਮਈ ਜੂਨ ਤੱਕ ਜੰਗੀ ਜਹਾਜ਼ ਤੇ ਤਾਇਨਾਤ ਕੀਤਾ ਜਾਏਗਾ। ਅੱਜ ਪੁਣੇ 'ਚ ਨੈਸ਼ਨਲ ਡਿਫੈਂਸ ਅਕੈਡਮੀ NDA ਦੇ 143ਵੇਂ ਬੈਚ ਦੀ ਪਾਸਿੰਗ ਆਊਟ ਪਰੇਡ ਦਾ ਮੁਆਇਨਾ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਕਿਹਾ ਕਿ ਸਮੁੰਦਰੀ ਫੌਜ ਦੇ ਆਧੁਨਿਕੀਕਰਨ ਉਪਰ ਜ਼ੋਰ ਦਿੱਤਾ ਜਾ ਰਿਹੈ ਅਤੇ ਸਰਕਾਰ ਇਸ ਲਈ ਹਮਾਇਤ ਮੁਹੱਈਆ ਕਰ ਰਹੀ ਹੈ। ਸਮੁੰਦਰੀ ਫੌਜ ਦੇ ਮੁਖੀ ਨੇ ਕਿਹਾ ਕਿ INS ਵਿਕਰਾਂਤ ਜੰਗੀ ਜਹਾਜ਼ ਦੀਆਂ ਸਮੁੰਦਰ 'ਚ ਅਜ਼ਮਾਇਸ਼ਾਂ ਪੂਰੀਆਂ ਹੋਣ ਮਗਰੋਂ ਲੜਾਕਾ ਹਵਾਈ ਜਹਾਜ਼ ਉਤਾਰਨ ਦੀ ਅਜ਼ਮਾਇਸ਼ ਸ਼ੁਰੂ ਹੋਈ ਹੈ।
आम तौर ते अजिहियां परखां 6 तों 8 महीने चलदियां ने। समुंदरी फौज दे मुखी ने उम्मीद जाहिर कीती है कि ए अजमाइशां अगले साल मानसून तक पूरियां हो जाणगियां। एडमिरल आर हरि कुमार ने समुंदरी फौज दे आधुनिकीकरण दीआं योजनावां बारे सूचित करदिआं कहा कि समुंदरी फौज आत्म निर्भरता विच विश्वास रखदी है अते इस दे अनुसार ही आधुनिकीकरण प्रोग्राम लागू कीता जा रिहा है। ए खबरां तुसीं आकाशवाणी तों सुण रहे हो। बीएसएफ ते पंजाब पुलिस की एक सांझी टीम ने फिरोजपुर जिले च भारत पाकिस्तान सरहद नाल एक खेत तों 5 AK-47 राइफलां 5 पिस्तौलां ते 9 मैगजीन्स बरामद कीते ने। पंजाब पुलिस दे डायरेक्टर जनरल गौरव यादव ने अज ट्वीट कीता है कि बरामदगी सोमवार अमृतसर ते तरनतारण जिलों तों 13 किलो हैरोइन बरामद होने मगरों की गई है। पुलिस ने कहा कि बीएसएफ की 136वीं बटालियन के जवानों ते पुलिस ने दोना तेलू मल सरहदी चौकी नेड़े इलाके की भाल की फिरोजपुर जिले के वाहका पिंड के एक खेत च हथियार दबे पाए। पुलिस का कहना है कि पड़ताल जारी है ते हालां केस विच कोई गिरफ्तारी नहीं की गई। जम्मू कश्मीर विच ड्रोन गतिविधियां सुरंगां पुट्टण ते तस्करी दीआं कोशिशां समेत सरहद पर कई चुनौतियां दे बावजूद बीएसएफ जम्मू फ्रंटियर ने साल 2022 दौरान दुश्मन दे नापाक इरादियां नूं नाकाम कीता है। ਇਹ ਗੱਲ ਅੱਜ ਬੀਐਸਐਫ ਜੰਮੂ ਫਰੰਟੀਅਰ ਦੇ ਇੰਸਪੈਕਟਰ ਜਨਰਲ ਡੀਕੇ ਬੂਰਾ ਨੇ ਬੀਐਸਐਫ ਦੇ 58ਵੇਂ ਸਥਾਪਨਾ ਦਿਵਸ ਤੋਂ ਪਹਿਲਾਂ ਦੀ ਸ਼ਾਮ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਹੀ। ਆਕਾਸ਼ਵਾਣੀ ਦੇ ਜੰਮੂ ਵਾਲੇ ਪੱਤਰ ਪ੍ਰੇਰਕ ਮੁਤਾਬਕ ਆਈਜੀ ਨੇ ਕਿਹਾ ਕਿ ਸਰਹੱਦ ਪਾਰੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਜੰਮੂ ਮੁਹਾਜ਼ ਤੋਂ ਅੰਤਰਰਾਸ਼ਟਰੀ ਸਰਹੱਦ ਸ਼ਾਂਤ ਤੇ ਸੁਰੱਖਿਅਤ ਹੈ। ਸ੍ਰੀ ਬੂਰਾ ਨੇ ਇਹ ਵੀ ਕਿਹਾ ਕਿ ਸਰਹੱਦ ਪਾਰੋਂ ਡਰੋਨ ਸਰਗਰਮੀਆਂ ਵਧਣ ਦੇ ਬਾਵਜੂਦ ਪਾਕਿਸਤਾਨ ਸਰਹੱਦ ਨਾਲ ਜੰਮੂ ਫਰੰਟੀਅਰ ਚ 192 ਕਿਲੋਮੀਟਰ ਲੰਮੀ ਸਰਹੱਦ ਨਾਲ ਤਾਇਨਾਤ ਬੀਐਸਐਫ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨਾਲ ਨਿਪਟਣ ਤੇ ਡਰੋਨਾਂ ਰਾਹੀਂ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕਰਨ ਚ ਸਫਲ ਰਹੀ ਹੈ। ਇਕ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਅੱਜ ਮਹਾਰਾਸ਼ਟਰ ਦੇ ਸਾਬਕਾ ਕੈਬਨਿਟ ਮੰਤਰੀ ਨਵਾਬ ਮਲਿਕ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਉਨ੍ਹਾਂ ਨੂੰ ਇਸ ਸਾਲ ਫਰਵਰੀ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਖਿਲਾਫ਼ ਹਵਾਲਾ ਲੈਣ ਦੇਣ ਦਾ ਕੇਸ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਦਹਿਸ਼ਤਗਰਦ ਦਾਊਦ ਇਬਰਾਹਿਮ ਅਤੇ ਉਸ ਦੇ ਸਾਥੀਆਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਦਾ ਸਖ਼ਤ ਵਿਰੋਧ ਕੀਤਾ ਹੈ। ਜੀ 20 ਸ਼ੇਰਪਾ ਮੀਟਿੰਗ 5 ਤੋਂ 7 ਦਸੰਬਰ ਤੱਕ ਰਾਜਸਥਾਨ ਦੇ ਉਦੈਪੁਰ ਵਿਖੇ ਹੋਏਗੀ। ਭਾਰਤ ਦੇ ਸ਼ੇਰਪਾ ਅਮਿਤਾਭ ਕਾਂਤ ਨੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਹਾਲ ਵਿਚ ਹੀ ਉਦੈਪੁਰ ਵਿਚ ਇਸ ਮੀਟਿੰਗ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਵਿਚ ਉਨ੍ਹਾਂ ਕਿਹਾ ਕਿ ਜੀ 20 ਸ਼ੇਰਪਾ ਮੀਟਿੰਗ ਉਦੈਪੁਰ ਨੂੰ ਇਕ ਅੰਤਰਰਾਸ਼ਟਰੀ ਸੈਲਾਨੀ ਸਥਾਨ ਵਜੋਂ ਪੇਸ਼ ਕਰਨ ਵਿਚ ਸਹਾਈ ਹੋਏਗੀ। ਸ਼ੇਰਪਾ ਅਮਿਤਾਭ ਕਾਂਤ ਨੇ ਇਸ ਪ੍ਰੋਗਰਾਮ ਨਾਲ ਸਬੰਧਤ ਤਿਆਰੀਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ਲਗਾਤਾਰ 2 ਮੈਚ ਹਾਰਨ ਮਗਰੋਂ ਭਾਰਤ ਦੀ ਮਰਦਾਂ ਦੀ ਹਾਕੀ ਟੀਮ ਨੇ ਅੱਜ ਐਡੀਲੇਡ ਵਿਖੇ 3 ਮੈਚ ਵਿਚ ਆਸਟ੍ਰੇਲੀਆ ਨੂੰ ਹਰਾ ਦਿੱਤਾ ਹੈ। ਇਕ ਦਿਲਚਸਪ ਮੁਕਾਬਲੇ ਚ ਭਾਰਤ ਨੇ 4-3 ਨਾਲ ਜਿੱਤ ਹਾਸਲ ਕੀਤੀ ਤੇ ਹੁਣ 5 ਮੈਚਾਂ ਦੀ ਸੀਰੀਜ਼ ਵਿਚ ਆਸਟ੍ਰੇਲੀਆ 2-1 ਨਾਲ ਅੱਗੇ ਹੈ। ਸੀਰੀਜ਼ ਦਾ ਚੌਥਾ ਮੈਚ ਸ਼ਨਿਚਰਵਾਰ ਖੇਡਿਆ ਜਾਏਗਾ। ਫੀਫਾ ਵਿਸ਼ਵ ਕੱਪ ਫੁੱਟਬਾਲ ਚ ਅੱਜ ਗਰੁੱਪ ਡੀ ਚ ਪਿਛਲੇ ਚੈਂਪੀਅਨ ਫਰਾਂਸ ਦਾ ਟਿਊਨੀਸ਼ੀਆ ਨਾਲ ਤੇ ਆਸਟ੍ਰੇਲੀਆ ਦਾ ਡੈਨਮਾਰਕ ਨਾਲ ਮੁਕਾਬਲਾ ਹੋਏਗਾ। ਦੋਨੋ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 8:30 ਵਜੇ ਸ਼ੁਰੂ ਹੋਣਗੇ। ਕੱਲ ਨੀਦਰਲੈਂਡਸ ਨੇ ਮੇਜ਼ਬਾਨ ਕਤਰ ਨੂੰ 2-0 ਨਾਲ ਤੇ ਸੈਨੇਗਲ ਨੇ ਇਕੁਆਡੋਰ ਨੂੰ 2-1 ਨਾਲ ਹਰਾਇਆ। ਭਾਰਤੀ ਦੂਰਸੰਚਾਰ ਨਿਯਮਾਂ ਦੀ ਅਥਾਰਟੀ ਟਰਾਈ ਨੇ ਪ੍ਰੇਸ਼ਾਨ ਕਰਨ ਅਤੇ ਧੋਖਾਧੜੀ ਵਾਲੀਆਂ ਕਾਲਸ ਨੂੰ ਰੋਕਣ ਲਈ ਮੋਬਾਈਲ ਫੋਨ ਤੇ ਕਾਲਰ ਦਾ ਨਾਂ ਦਰਸਾਉਣ ਲਈ ਪ੍ਰਬੰਧ ਵਾਸਤੇ ਸਲਾਹ ਮਸ਼ਵਰਾ ਸ਼ੁਰੂ ਕੀਤਾ ਹੈ। ਇਸ ਨੇ ਦੂਰਸੰਚਾਰ ਨੈਟਵਰਕ ਵਿਚ ਕਾਲਿੰਗ ਨੇਮ ਪ੍ਰੈਜੈਂਟੇਸ਼ਨ CNAP ਸਹੂਲਤ ਸ਼ੁਰੂ ਕਰਨ ਲਈ ਇਕ ਸਲਾਹ ਮਸ਼ਵਰਾ ਦਸਤਾਵੇਜ਼ ਜਾਰੀ ਕੀਤਾ ਅਤੇ ਸਬੰਧਤ ਧਿਰਾਂ ਤੋਂ ਵਿਚਾਰ ਮੰਗੇ ਨੇ। ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫੇਰ ਸੁਣ ਲਓ। ਗੁਜਰਾਤ ਵਿਚ ਭਾਰਤੀ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਪੋਲਿੰਗ ਲਈ ਸਭ ਤਿਆਰੀਆਂ ਮੁਕੰਮਲ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਚ ਹੋਏ ਇਕ ਸਮਾਰੋਹ ਵਿਚ ਰਾਸ਼ਟਰੀ ਖੇਡ ਇਨਾਮ 2022 ਅਤੇ ਰਾਸ਼ਟਰੀ ਸਾਹਸੀ ਇਨਾਮ 2021 ਪ੍ਰਦਾਨ ਕੀਤੇ ਨੇ। ਭਾਰਤ ਦਾ ਦੇਸ਼ ਅੰਦਰ ਹੀ ਤਿਆਰ ਪਹਿਲਾ ਹਵਾਈ ਜਹਾਜ਼ ਵਾਹਕ ਜੰਗੀ ਜਹਾਜ਼ INS ਵਿਕਰਾਂਤ ਅਗਲੇ ਸਾਲ ਜੂਨ ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਹਾਕੀ ਚ ਅੱਜ ਐਡੀਲੇਡ ਵਿਖੇ ਭਾਰਤ ਨੇ ਆਸਟ੍ਰੇਲੀਆ ਨੂੰ 4-3 ਨਾਲ ਹਰਾ ਦਿੱਤਾ ਤੇ ਫੀਫਾ ਵਿਸ਼ਵ ਕੱਪ 2022 ਚ ਅੱਜ ਟਿਊਨੀਸ਼ੀਆ ਦਾ ਫਰਾਂਸ ਨਾਲ ਤੇ ਆਸਟ੍ਰੇਲੀਆ ਦਾ ਡੈਨਮਾਰਕ ਨਾਲ ਮੁਕਾਬਲਾ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ।